Damn. Hello guys, in the box pro back again with another video. ਅਤੇ ਅੱਜ ਮੈਂ ਜਿਹੜੇ ਤੁਹਾਡੇ ਸਾਹਮਣੇ ਜਿਹੜੀ ਗੱਲ ਕਰਨ ਜਾ ਰਿਹਾ ਉਹ ਜਿਹੜਾ ਟੋਪਿਕ ਹੈਗਾ ਉਹ ਹੈਗਾ ਆਟੋਟਿਊਨ। ਓਬਵੀਅਸਲੀ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਮੈਂ ਵੋਕਲਸ ਅਤੇ ਆਟੋਟਿਊਨ ਨਾਲ ਕੁਛ ਸੈਟਿੰਗਸ ਕਰ ਰਿਹਾ ਸੀ ਅਤੇ ਮੈਂ ਸੋਚਿਆ ਕਿਉਂ ਨਾ ਮੈਂ ਤੁਹਾਨੂੰ ਇੱਕ ਡੈਮੋਸਟ੍ਰੇਸ਼ਨ ਦੇਵਾਂ ਕਿ ਜਿਹਦੇ 'ਤੇ ਜਿਹਦੇ ਨਾਲ ਤੁਹਾਨੂੰ ਇੱਕ ਹੈਲਪ ਹੋਵੇ। ਕਈਆਂ ਮੇਰੇ ਭਰਾਵਾਂ ਨੂੰ ਆਟੋਟਿਊਨ ਦਾ ਕੁਛ ਬਾਰੇ ਨਹੀਂ ਪਤਾ ਹੁੰਦਾ ਕਿ ਕਿੱਦਾਂ ਇਹਨੂੰ ਆਪਰੇਟ ਕਰਨਾ, ਕਿੱਦਾਂ ਆਪਾਂ ਕਿੱਥੇ ਆਪਾਂ ਇਹਨੂੰ ਯੂਜ਼ ਕਰ ਸਕਦੇ। ਅਤੇ ਮੇਨ ਟੋਪਿਕ 'ਤੇ ਆਉਂਦੇ ਹਾਂ, ਆਟੋਟਿਊਨ ਦੇ ਕੀ ਫਾਇਦੇ ਨੇ ਅਤੇ ਕਿਹਦੇ ਕਿਹਦੇ ਉੱਤੇ ਆਪਾਂ ਕਿਸ ਕਿਸ ਚੀਜ਼ ਉੱਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਦੋ ਤਿੰਨ ਚੀਜ਼ਾਂ ਨੇ ਮੈਂ ਦੱਸ ਦਿੰਦਾ ਤੁਹਾਨੂੰ। ਫਸਟ ਆਫ ਆਲ ਆਪਾਂ ਇਹਨੂੰ ਲਾਈਵ ਇੰਸਟਰੂਮੈਂਟਸ 'ਤੇ ਯੂਜ਼ ਕਰ ਸਕਦੇ ਹਾਂ ਅਤੇ ਸੈਕਿੰਡ ਵੋਕਲਸ 'ਤੇ ਯੂਜ਼ ਕਰ ਸਕਦੇ ਹਾਂ ਅਤੇ ਹੋਰ ਕਈ ਚੀਜ਼ਾਂ ਦੇ ਯੂਜ਼ ਕਰ ਸਕਦੇ ਹਾਂ। ਪਰ ਜਿਹੜੇ ਮੇਨ ਚੀਜ਼ਾਂ ਨੇ ਉਹ ਇਹੀ ਚੀਜ਼ਾਂ ਨੇ ਕਿ ਆਪਾਂ ਵੋਕਲ ਸੇ ਜ਼ਿਆਦਾ ਯੂਜ਼ ਕਰਦੇ ਇਹਨਾਂ ਨੂੰ। ਅਤੇ ਵਿਦਆਊਟ ਵੇਸਟਿੰਗ ਟਾਈਮ ਮੈਂ ਤੁਹਾਨੂੰ ਇੱਕ ਡੈਮੋਸਟ੍ਰੇਸ਼ਨ ਦੇ ਦਿੰਦਾ। ਮੈਂ ਇਹ ਵੋਕਲਸ ਕੁਛ ਡਾਊਨਲੋਡ ਕੀਤੇ ਸੀਗੇ ਨੈੱਟ 'ਤੇ, ਫਰੀ ਵੋਕਲਸ ਸੀਗੇ ਅਤੇ ਮੈਂ ਫਿਰ ਸੋਚਿਆ ਇਹਦੇ 'ਤੇ ਤੁਹਾਨੂੰ ਇੱਕ ਡੈਮੋਸਟ੍ਰੇਸ਼ਨ ਦੇਵਾਂਗਾ ਕਿਉਂਕਿ ਜਿਹੜੇ ਬਾਕੀ ਵੋਕਲਸ ਮੈਂ ਤੁਹਾਨੂੰ ਪੰਜਾਬੀ ਵੋਕਲਸ ਨਹੀਂ ਦਿਖਾ ਸਕਦਾ ਸੀ ਕਿਉਂਕਿ ਮੈਂ ਕੁਛ ਹੁਣ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਸੀਗਾ। ਅਤੇ ਚਲੋ ਚੱਲਦੇ ਹਾਂ ਆਪਾਂ। ਅਤੇ ਫਸਟ ਆਫ ਆਲ ਮੈਂ ਕੀ ਕੀਤਾ, ਮੈਂ ਵੋਕਲਸ ਨੂੰ ਡਰੈਗ ਕਰਤਾ ਅਤੇ ਇਹਨੂੰ ਮੈਂ 6th 'ਤੇ ਰਾਊਟ ਕਰਤਾ। ਜਿੱਦਾਂ ਕਿ ਤੁਸੀਂ ਇੱਥੇ ਜਾ ਕੇ ਜਦੋਂ ਤੁਸੀਂ ਡਬਲ ਕਲਿੱਕ ਕਰਦੇ ਹੋ ਤਾਂ ਇੱਥੇ ਟਰੈਕਸ 'ਚ ਜਾ ਕੇ 6th 'ਤੇ ਮੈਂ ਰਾਊਟ ਕਰ ਚੁੱਕਿਆ। ਅਤੇ 6th 'ਚ ਮੈਂ ਆਟੋਟਿਊਨ ਆਪਣੇ ਇਫੈਕਟਸ ਤੋਂ ਜਾ ਕੇ ਸਿਲੈਕਟ ਕਰ ਲਿਆ ਅਤੇ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨੂੰ ਥੋੜ੍ਹਾ ਰੀਸੈਟ ਕਰ ਚੁੱਕਿਆ ਕਿਉਂਕਿ ਤੁਹਾਨੂੰ ਦੁਬਾਰਾ 'ਤੇ ਸਮਝਾ ਸਕਾਂ ਇਸ ਕਰਕੇ। ਅਤੇ ਕੁਛ ਇੱਦਾਂ ਦਾ ਦਿਖਣਾ ਦਿਖੂੰਗਾ ਆਪਾਂ ਨੂੰ ਆਟੋਟਿਊਨ। ਇਹ ਐਂਟਾਰਿਸ ਦਾ ਆਟੋਟਿਊਨ ਹੈ ਐਵੋ ਅਤੇ ਆਪਾਂ ਵੋਕਲਸ 'ਤੇ ਇਹਨੂੰ ਲਗਾਉਣਾ। ਅਤੇ ਮੈਂ ਕੁਛ ਚੀਜ਼ਾਂ ਦੱਸ ਦਿੰਦਾ, ਇਹ ਪਿੱਚ ਕਰੈਕਸ਼ਨ ਕੰਟਰੋਲ ਏਰੀਆ ਹੈਗਾ ਆਪਣਾ ਅਤੇ ਇਹ ਆਪਣਾ ਕ੍ਰੀਏਟ ਵਾਈਬ੍ਰੇਟੋ। ਅਤੇ ਕੁਛ ਚੀਜ਼ਾਂ ਦੱਸ ਦਿੰਦਾ ਮੈਂ। ਫਸਟ ਆਫ ਆਲ ਤੁਹਾਨੂੰ ਵੋਕਲਸ ਦੇ ਕੀ ਪਤਾ ਹੋਣੀ ਚਾਹੀਦੀ ਹੈ ਕੀ ਮਤਲਬ ਇਹਦਾ, ਕਿਹੜੇ ਕਿਹੜੇ ਸਕੇਲ 'ਤੇ ਅਤੇ ਕਿਹੜੇ ਕੀ ਅਤੇ ਕਿਹੜੇ ਨੋਟ 'ਤੇ ਹੈ ਕਿਉਂਕਿ ਉਹਦੇ ਬਗੈਰ ਤੁਹਾਡਾ ਕੁਛ ਵੀ ਪ੍ਰੋਪਰ ਕੰਮ ਨਹੀਂ ਕਰੇਗਾ ਯਾਰ ਆਟੋਟਿਊਨ ਲਗਾਇਆ ਹੋਇਆ। ਅਤੇ ਜਿੱਦਾਂ ਕਿ ਮੈਨੂੰ ਪਤਾ ਹੈ ਕਿ ਇਹ ਐਫ 'ਤੇ ਹੈ ਅਤੇ ਇਹ ਮਾਈਨਰ ਸਕੋਰਡਸ 'ਚ ਪਲੇ ਹੋ ਰਿਹਾ ਅਤੇ ਮੈਂ ਇਹ ਸਿਲੈਕਟ ਕਰ ਚੁੱਕਿਆ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਆਪਾਂ ਕ੍ਰੀਏਟ ਵਾਈਬ੍ਰੇਟੋ 'ਤੇ ਜਾਣਾ ਅਤੇ ਇਹ ਤੁਸੀਂ ਆਪਣੇ ਅਕੋਰਡਿੰਗ ਟੂ ਵੋਕਲਸ ਸਿਲੈਕਟ ਕਰਨਾ। ਮੈਂ ਹਾਲੇ ਨਨ ਕਰ ਰਿਹਾ ਕਿਉਂਕਿ ਮੈਨੂੰ ਲੋੜ ਨਹੀਂ ਹੈ ਜ਼ਿਆਦਾ। ਅਤੇ ਆਪਾਂ ਪਿੱਚ ਕਰੈਕਸ਼ਨ 'ਤੇ ਆਉਂਦੇ ਕਿਉਂਕਿ ਮੇਨ ਰੋਲ ਇੱਥੇ ਹੁੰਦਾ ਆਪਣਾ। ਇਹ ਕੁਛ ਤਿੰਨ ਬਟਨਸ ਨੇ, ਤਿੰਨ ਨੋਬਸ ਨੇ ਜਿਹੜੇ ਕਾਫੀ ਮੇਨ ਰੋਲ ਨਿਭਾਉਂਦੇ ਨੇ। ਅਤੇ ਆਪਾਂ ਕੀ ਕਰਨਾ, ਰਿਟਰਨ ਸਪੀਡ ਜਿਹੜੀ ਆਪਾਂ ਨੂੰ ਜਦੋਂ ਵੋਕਲਸ ਆਟੋਟਿਊਨ 'ਚ ਆਉਂਗੇ ਅਤੇ ਪ੍ਰੋਸੈਸ ਹੋ ਕੇ ਕਿੰਨੀ ਸਪੀਡ 'ਚ ਆਪਾਂ ਨੂੰ ਚਾਹੀਦੇ ਵੋਕਲਸ, ਅਤੇ ਉਹ ਉਹਦੇ ਲਈ ਨੋਬ ਹੈ। ਔਰ ਇਹ ਕੁਛ ਸਲੋ ਹੈ ਅਤੇ ਫਾਸਟ ਹੈ। ਤੁਸੀਂ ਜੇ ਹਾਰਡ ਟਿਊਨ ਕਰਨਾ ਅਤੇ ਇਹ ਫਾਸਟ ਤੁਸੀਂ ਰੱਖਣਾ ਪਊਂਗਾ, ਅਤੇ ਜੇ ਤੁਹਾਨੂੰ ਥੋੜ੍ਹਾ ਨੈਚੁਰਲ ਦਾ ਚਾਹੀਦਾ ਤਾਂ ਤੁਸੀਂ ਲੋ 'ਤੇ ਰੱਖਿਓ ਕਿ ਪਤਾ ਨਹੀਂ ਲੱਗੂਗਾ ਕਿ ਇਹ ਆਟੋਟਿਊਨ ਨੇ ਕਿ ਨਹੀਂ ਹੈ। ਅਤੇ ਹਿਊਮਨਾਈਜ਼ ਅਤੇ ਇਹ ਤੁਸੀਂ ਦੇਖ ਸਕਦੇ ਹਾਂ ਕੁਛ, ਅਤੇ ਨੈਚੁਰਲ ਵਾਈਬ੍ਰੇਟੋ ਜਿਹੜਾ ਕਿ ਨੈਚੁਰਲ ਇੱਕ ਹੁੰਦਾ, ਇਹ ਆਪਣਾ ਕ੍ਰੀਏਟਿਵ ਹੁੰਦਾ। ਜਿੱਦਾਂ ਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਣੇ ਵੋਕਲਸ ਫਲੈਟ ਹੁੰਦੇ ਨੇ ਅਤੇ ਜਿੱਥੇ ਵਾਈਬ੍ਰੇਟ ਹੋਣਾ ਚਾਹੀਦਾ ਵਾਈਬ੍ਰੇਟੋ, ਅਤੇ ਉਹ ਆਪਾਂ ਅਕੋਰਡਿੰਗ ਟੂ ਰੇਟ ਸੈੱਟ ਕਰ ਲੈਂਦੇ, ਪਰ ਮੈਨੂੰ ਉਹਨਾਂ ਨਹੀਂ ਹੈ ਲੋੜ। ਅਤੇ ਮੈਂ ਤਾਂ ਹੀ ਕਰਕੇ ਕੀਤਾ ਹੋਇਆ ਅਤੇ ਮੈਂ ਇਹਨੂੰ 29 ਅਰਾਊਂਡ ਕਰ ਲੈਂਦਾ। ਅਤੇ ਆਪਾਂ ਜਿਹੜਾ ਇਹ ਟਰੈਕਿੰਗ ਹੈਗਾ ਇਹ ਤੁਸੀਂ ਰਿਲੈਕਸ 'ਤੇ ਰੱਖ ਲੈਣਾ ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਨੇ ਆਡੀਓ ਨੂੰ ਥੋੜ੍ਹਾ ਫਿਰ ਹਾਰਡ ਪੁਸ਼ ਕਰਦਾ ਅਤੇ ਉਹਦੇ ਨਾਲ ਤੁਹਾਨੂੰ ਲੇਟੈਂਸੀ ਦਾ ਪ੍ਰੋਬਲਮ ਆ ਸਕਦੀ ਹੈ।
ਤੁਸੀਂ ਟਰੈਕ 'ਤੇ ਕਰ ਲੈਣਾ ਅਤੇ ਉਹਦੇ ਬਾਅਦ ਆਪਾਂ ਇੱਕ ਵਾਰ ਵੋਕਲ ਸੁਣ ਲੈਂਦੇ ਵਿਦਆਊਟ ਆਟੋਟਿਊਨ ਅਤੇ ਵਿਦ ਵੋਕਲ ਵਿਦ ਆਟੋਟਿਊਨ. The day we met, we'd never be apart. The day you left, I lost a piece of my heart. And I still reach across the room for you. ਤੇ ਮੈਂ ਹੁਣ ਆਟੋਟਿਊਨ ਔਨ ਕਰਨ ਜਾ ਰਿਹਾ. The weeks pass and everything is empty. A broken soul in tears as I left me. But I still can't move on to something new. You were the one that I need. You were the fire in me. I can't let go of what we had. ਜਿੱਦਾਂ ਕਿ ਮੈਂ ਤੁਹਾਨੂੰ ਦਿਖਾਉਣ ਲਈ ਮੈਂ ਹਾਰਡ ਪੁਸ਼ ਕੀਤਾ ਸੀਗਾ ਕਿਉਂਕਿ ਤੁਹਾਨੂੰ ਇੱਕ ਡੈਮੋਸਟ੍ਰੇਸ਼ਨ ਦੇਣ ਲਈ ਅਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨਾ ਤੁਸੀਂ ਫਾਸਟ ਰੱਖੋਗੇ ਰਿਟਰਨ ਸਪੀਡ ਨੂੰ ਉਨਾ ਹੀ ਹਾਰਡ ਪਲੇ ਕਰੇਗਾ, ਉਹਨੂੰ ਹਾਰਡ ਪ੍ਰੋਸੈਸ ਕਰੇਗਾ. ਅਤੇ ਨੈਚੁਰਲ ਵਾਈਬ੍ਰੇਟਰ ਨੂੰ ਜਿੱਦਾਂ ਤੁਸੀਂ ਮੈਕਸ 'ਤੇ ਰੱਖੋਗੇ ਉਨਾ ਹੀ ਇਹ ਹਾਰਡ ਉਹਨੂੰ ਵਾਈਬ੍ਰੇਟਰ ਦੇਗਾ, ਜੋ ਕਿ ਥੋੜ੍ਹਾ ਅਨਨੈਚੁਰਲ ਲੱਗਦਾ. ਇਸ ਕਰਕੇ ਮੈਂ ਥੋੜ੍ਹਾ ਟਵੀਕ ਕੀਤੇ ਹੋਏ ਨੇ ਕੁਛ ਅਰਾਊਂਡ 29-32 ਦੇ ਪਾਸ, ਅਤੇ ਇਹਨੂੰ ਮੈਂ ਕੁਛ 2.2 'ਤੇ. ਅਤੇ ਇਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਪਤਾ ਹੀ ਲੱਗਦਾ ਕਿ ਆਟੋਟਿਊਨ ਇਹ ਵੋਕਲ ਪ੍ਰੋਸੈਸ ਹੋਏ ਹੋਏ ਨੇ ਕਿ ਨਹੀਂ ਹੋਏ ਹੋਏ. ਇਹਦੇ ਨਾਲ ਇੱਕ ਨੈਚੁਰਲ ਫੀਲਿੰਗ ਉਹਦੇ ਨਾਲ ਆਉਂਦੀ ਹੈ. ਅਤੇ ਤੁਸੀਂ ਬਾਕੀ ਜਿਹੜੇ ਆਪਣੇ ਪਿੱਚ ਅਮਾਊਂਟ ਹੈ, ਐਂਪਲੀਟਿਊਡ ਅਮਾਊਂਟ ਹੈ ਅਤੇ ਫਾਰਮੇਟ ਅਮਾਊਂਟ ਹੈ, ਇਹ ਤੁਸੀਂ ਐਜ਼ ਇਟ ਇਜ਼ ਰੱਖਦੇ ਨੇ. ਤੁਹਾਨੂੰ ਕਈਆਂ ਨੂੰ ਪਤਾ ਹੋਣਾ ਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਆਪਣੇ ਕਿਹੜੇ ਕੋਡਸ ਲਾਈ ਕਰ ਰਹੇ ਨੇ, ਪਰ ਉਹਨਾਂ ਨੂੰ ਕੀ ਪਤਾ ਹੁੰਦਾ ਕਿ ਕਿਹੜੇ ਕੀ 'ਤੇ ਹੈ, ਮਤਲਬ ਕਿਹੜੇ ਸੁਰ 'ਤੇ ਹੈ. ਅਤੇ ਉਹਦੇ ਲਈ ਤੁਹਾਨੂੰ ਕੋਈ ਕੋਈ ਵੱਡੀ ਗੱਲ ਨਹੀਂ ਹੈ, ਤੁਸੀਂ ਬਸ ਆਪਣਾ ਕੀ ਸਿਲੈਕਟ ਕਰਨਾ, ਜਿਹੜਾ ਸੁਰ ਹੈਗਾ ਆਪਣਾ. ਅਗਰ ਤੁਹਾਨੂੰ ਨਹੀਂ ਪਤਾ ਕਿ ਉਹ ਮਾਈਨਰ ਹੈ ਅਤੇ ਮੇਜਰ ਹੈ, ਤੁਸੀਂ ਇੱਥੇ ਜਾ ਕੇ ਕਰੋਮੈਟਿਕ 'ਤੇ ਸਿਲੈਕਟ ਕਰ ਲੈਣਾ ਸਕੇਲ. ਇਹਦੇ ਨਾਲ ਕੀ ਹੋਏਗਾ, ਜਿਹੜੇ ਮੇਜਰ ਅਤੇ ਮਾਈਨਰਸ ਹੈ ਇਹ ਆਪਣਾ ਡਿਸਾਈਡ ਕਰਕੇ ਨਾ ਉਹਨੂੰ ਅਕੋਰਡਿੰਗਲੀ ਸੈੱਟ ਕਰ ਦੇਗਾ. ਅਤੇ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ. ਅਤੇ ਇਹ ਇੱਕ ਪਲੱਸ ਪੁਆਇੰਟ ਹੋ ਗਿਆ. ਅਤੇ ਉਹਦੇ ਬਾਅਦ ਇੱਕ ਚੀਜ਼ ਮੈਂ ਭੁੱਲ ਗਿਆ, ਜਿਹੜਾ ਇਨਪੁੱਟ ਟਾਈਪ ਹੈਗਾ ਇਹਦੇ ਕੁਛ 5 ਆਪਸ਼ਨਸ ਨੇ, ਇਹ ਤੁਸੀਂ ਅਕੋਰਡਿੰਗ ਟੂ ਵੋਕਲਸ ਦੇਖਣੇ ਨੇ. ਇਹ ਕੁਛ ਪਹਿਲਾਂ ਹੀ ਪ੍ਰੀਸੈਟਸ ਆਉਂਦੇ ਨੇ ਦੇ ਲੋ ਮੇਲਸ ਦੇ ਅਤੇ ਇੰਸਟਰੂਮੈਂਟਸ ਦੇ, ਅਤੇ ਅਕੋਰਡਿੰਗ ਟੂ ਇਹ ਅਲੱਗ ਅਲੱਗ ਸਿਲੈਕਟ ਕਰੇ ਤੋਂ ਅਲੱਗ ਅਲੱਗ ਟੈਕਸਚਰ ਦਿੰਦਾ ਵੋਕਲਸ ਦੇ. ਅਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਇੰਸਟਰੂਮੈਂਟ 'ਤੇ ਵੀ ਯੂਜ਼ ਹੁੰਦਾ, ਬੇਸ 'ਤੇ ਵੀ ਯੂਜ਼ ਹੁੰਦਾ, ਅਤੇ ਆਲਟੋ ਟੈਨਰ 'ਤੇ ਵੀ ਯੂਜ਼, ਅਤੇ ਲੋ ਮੇਲ ਜਿੱਦਾਂ ਆਪਣੇ ਲੋ ਮੇਲਸ ਹੁੰਦੇ ਆ, ਅਤੇ ਆਪਣੇ ਲੋ ਮੇਲਸ ਤਾਂ ਹੈ ਨਹੀਂ. ਅਤੇ ਇਹ ਕੁਛ ਚੀਜ਼ਾਂ ਸੀਗੀਆਂ. ਅਤੇ ਇਹ ਆਪਣਾ ਕੁਇਕ ਗੋ ਟੂ ਟੂਲਸ ਹੈਗਾ ਕਿ ਜਿੱਦਾਂ ਆਪਾਂ ਨੂੰ ਲੱਗਦਾ ਕਿ ਹਾਂ ਯਾਰ ਥੋੜ੍ਹੀ ਟਿਊਨ ਕਰਨ ਦੀ ਲੋੜ ਹੈ ਵੋਕਲਸ ਨੂੰ, ਆਪਾਂ ਇੱਦਾਂ ਸੈਟਿੰਗ ਕਰ ਸਕਦੇ ਹਾਂ. ਹੋਪ ਤੁਹਾਨੂੰ ਪਸੰਦ ਆਈ ਹੋਊਗੀ ਵੋਕਲ ਦੀ ਇਹ ਆਟੋਟਿਊਨ ਦੀ ਆਪਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ. ਅਤੇ ਹੋਪ ਤੁਸੀਂ ਵੱਧ ਸਕੋਗੇ ਆਰਾਮ ਨਾਲ. ਅਤੇ ਕੋਈ ਵੀ ਤੁਹਾਨੂੰ ਕੋਈ ਕੁਸ਼ਚਨ, ਕੋਈ ਵੀ ਰਿਲੇਟਡ ਆਟੋਟਿਊਨ ਹੋਵੇ ਜਾਂ ਮਿਊਜ਼ਿਕ ਪ੍ਰੋਡਕਸ਼ਨ ਹੋਵੇ ਜਾਂ ਮੈਂ ਕੋਈ ਵੀਡੀਓ ਬਣਾਵਾਂ ਅੱਗੇ ਲਈ ਕਿਸ ਚੀਜ਼ ਲਈ ਟੋਪਿਕ 'ਤੇ ਬਣਾਵਾਂ, ਅਤੇ ਤੁਸੀਂ ਮੈਨੂੰ ਕਮੈਂਟ 'ਤੇ ਸੁਜੈਸਟ ਕਰ ਸਕਦੇ ਹੋ. ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਲਾਈਕ ਵੀ ਕਰਿਓ. ਜਿਹੜੇ ਤੁਹਾਡੇ ਮਿਊਜ਼ਿਕ ਪ੍ਰੋਡਿਊਸਰਸ ਫਰੈਂਡਸ ਨੇ, ਜਿਹੜੇ ਆਪਣੇ ਬਿਜ਼ਨਸ ਨੇ, ਇਹਨਾਂ ਨੂੰ ਨਹੀਂ ਪਤਾ ਆਟੋਟਿਊਨ ਕਿੱਦਾਂ ਵਰਤਦੇ ਆ, ਅਤੇ ਉਹਨਾਂ ਨੂੰ ਸੁਜੈਸਟ ਕਰੋ ਵੀਡੀਓ. ਅਤੇ ਹੋਪ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ. ਅਤੇ ਇੱਕ ਹੋਰ ਗੱਲ ਲਾਸਟ 'ਚ, ਮੈਂ ਇਸ ਚੈਨਲ 'ਤੇ ਅੱਗੇ ਹੋਰ ਕਾਫੀ ਵੀਡੀਓਜ਼ ਲੈ ਕੇ ਆਊਂਗਾ, ਅਤੇ ਤੁਸੀਂ ਜੁੜਨ ਲਈ ਆਪਣਾ ਬੈੱਲ 'ਤੇ ਜਾ ਕੇ ਕਲਿੱਕ ਕਰ ਸਕਦੇ ਹੋ, ਜਿਹੜਾ ਆਪਣਾ ਸਬਸਕ੍ਰਾਈਬ ਦੇ ਉੱਪਰ ਆਉਂਦਾ ਬੈੱਲ ਨੋਟੀਫਿਕੇਸ਼ਨ, ਉਹਦੇ ਨਾਲ ਜਦੋਂ ਮੈਂ ਕੋਈ ਅਪਲੋਡ ਪਾਊਂਗਾ ਅਤੇ ਤੁਹਾਨੂੰ ਇਮੀਡੀਏਟਲੀ ਪਤਾ ਲੱਗ ਜਾਏਗਾ. ਅਤੇ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀਗੀ ਮਿਊਜ਼ਿਕ ਪ੍ਰੋਡਕਸ਼ਨ ਰਿਲੇਟਡ, ਕਿ ਆਪਾਂ ਪੰਜਾਬੀ ਬੀਟ ਕਿੱਦਾਂ ਬਣਾ ਸਕਦੇ, ਉਹਦੇ ਮੈਂ ਇੱਕ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਅਪਲੋਡ ਕਰ ਦਾਂਗਾ. ਅਤੇ ਉਹ ਵੀ ਕਾਫੀ ਇਨਫੋਰਮੇਟਿਵ ਵੀਡੀਓ, ਤੁਸੀਂ ਜਿੱਦਾਂ ਕਈਆਂ ਨੂੰ ਕਿ ਪੰਜਾਬੀ ਬੀਟ ਨਹੀਂ ਪਤਾ ਲੱਗਦੀ ਕਿ ਕਿੱਦਾਂ ਬਣਾਉਂਦੇ ਆਪਾਂ, ਕੀ ਐਲੀਮੈਂਟਸ ਹੁੰਦੇ ਆ, ਕਿੱਦਾਂ ਕਿੱਦਾਂ ਬਣਾਉਂਦੇ ਆਪਾਂ, ਸਟਰਕਚਰ ਵਾਈਜ਼ ਇੰਟਰੋ ਆਊਟਰੋ ਅਤੇ ਸਥਾਈ ਕਿੱਦਾਂ ਆਪਣੀ ਹੁੱਕ ਲਾਈਨ ਕਿੱਦਾਂ ਆਉਂਗੀ, ਹੈ ਨਾ. ਅਤੇ ਮੈਂ ਉਹਦੇ 'ਚ ਸਾਰੀ ਡਿਟੇਲ ਦੱਸੀ ਹੋਈ ਹੈ, ਅਤੇ ਉਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ. ਅਤੇ ਉਹਨਾਂ ਨੂੰ ਉਸ ਵੀਡੀਓ ਨੂੰ ਵੀ ਲਾਈਕ ਕਰ ਦਿਓ. ਅਤੇ ਥੈਂਕ ਯੂ ਸੋ ਮੱਚ.